भरा दोवे जने आए आ उहदे पहला वड्डे भरा शक्ति ने कहा ही वी तैनूं अहीं 2 महीने बाद मरवा देना मैं सैड ते ही रहिणा हुण उहनां ने आ के इत्थे रोटी दवाई लैण चली मम्मी मेरी नाल घरों कढ के बूहे अगों लै गए आ धौं ते दातर मारी गई मम्मी जरा इहदे मम्मी दे मारे ने हत्थां दातर आ चीज़ां दे कहिंदे साडे कोल वाधू पैसे अहीं वाधू समान वेच अहीं तां जमानत आपे करा ही लैणियां वा मामला पट्टी शहर का है जिथे अपनी भैन दे प्रेम व्याह तो खफा हुए भरावां ने पट्टी दे बाजार विच शरेआम अपनी भैन का कतल कर दिता। मृतक की पहचान सुनेहा पत्नी राजन के रूप में हुई है। जानकारी अनुसार सुनेहा ने राजन दे नाल पंजाब एंड हरियाणा हाई कोर्ट में जाके विआह कराया सी जिस तों उसके भरा खफा चल रहे सी। चपेड़ा मार लगिया सी ते कल 181 दरखास्त दित्ती आ हाल तक कोई कारवाई नहीं हुई हुण उहदे भरा दोवे जने आए आ उहदे पहला वड्डे भरा शक्ति ने कहा ਵੀ ਤੈਨੂੰ ਅਸੀਂ 2 ਮਹੀਨਿਆਂ ਬਾਅਦ ਮਰਵਾ ਦੇਣਾ ਮੈਂ ਸੈਡ ਤੇ ਹੀ ਰਹਿਣ ਆ ਹੁਣ ਉਹਨਾਂ ਨੇ ਆ ਕੇ ਇੱਥੇ ਕੁੜੀ ਖਲੋਤੀ ਦਵਾਈ ਲੈਣ ਚੱਲੀ ਮੰਮੀ ਮੇਰੀ ਨਾਲ ਘਰੋਂ ਕੱਢ ਕੇ ਬੂਹੇ ਅੱਗੋਂ ਲੈ ਗਏ ਆ ਧੌਂ ਤੇ ਦਾਤਰ ਮਾਰੀ ਗਈ ਮੰਮੀ ਸ਼ਟੋਂਦਰੇ ਮੰਮੀ ਦੇ ਮਾਰੇ ਨੇ ਹੱਥਾਂ ਦਾਤਰ ਆ ਚੀਜ਼ਾਂ ਦੇ ਕਹਿੰਦੇ ਸਾਡੇ ਕੋਲ ਵਾਧੂ ਪੈਸੇ ਅਸੀਂ ਵਾਧੂ ਸਮਾਨ ਵੇਚਿਆ ਅਸੀਂ ਤਾਂ ਜਮਾਨਤ ਆਪੇ ਕਰਾ ਹੀ ਲੈਣੀਆਂ ਵਾ ਪ੍ਰੇਮ ਵਿਆਹ ਕਰਾਇਆ ਸੀ ਹਾਂਜੀ ਪ੍ਰੇਮ ਵਿਆਹ ਕਰਾਇਆ ਕੀ ਨਾਂ ਹੈ ਤੇਰੀ ਘਰ ਦੀ ਦਾ ਕੀ ਨਾਂ ਸੁਨੇਹਾ ਜੋਸ਼ਨ ਤੇ ਕੀ ਮੰਗ ਕਰਦੇ ਹੋ ਤੁਸੀਂ ਹੁਣ ਆਪਾਂ ਇਨਸਾਫ ਦੀ ਮੰਗ ਕਰਦੇ ਵੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਤੁਹਾਨੂੰ ਵੀ ਕੋਈ ਧਮਕੀ ਦੇ ਰਹੇ ਤੁਹਾਨੂੰ ਵੀ ਕੋਈ ਧਮਕੀ ਫਾਂਸੀ ਦਿੱਤੀ ਜਾਵੇ ਉਹਨਾਂ ਨੂੰ ਤੁਹਾਨੂੰ ਮੈਨੂੰ ਵੀ ਦੇਖ ਕੇ ਧਮਕੀ ਕਹਿੰਦੇ ਉਹ ਅਗਲਾ ਨੰਬਰ ਤੇਰਾ ਹੀ ਗੋਲੀਆਂ ਮਾਰ ਲਿਆ ਤੇਰੇ ਆ ਪਿਸਤੌਲ ਵਿਖਾ ਕੇ ਮੈਨੂੰ ਅੰਦਰ ਕੁੰਡਾ ਮਾਰਤਾ ਸੀ ਇਹਨਾਂ ਨੇ ਪ੍ਰੇਮ ਵਿਆਹ ਕਿੱਥੇ ਕਰਾਇਆ ਹਾਈ ਕੋਰਟ ਕਰਾਇਆ ਹਾਈ ਕੋਰਟ ਕਰਾਇਆ ਹਾਂਜੀ ਕੋਈ ਪੁਲਿਸ ਪ੍ਰੋਟੈਕਸ਼ਨ ਮਿਲੀ ਸੀ ਉੱਥੋਂ ਤੁਹਾਨੂੰ ਹਾਂਜੀ ਮਿਲੀ ਕੀ ਨਾਮ ਭੈਣ ਜੀ ਤੁਹਾਡਾ ਮੇਰਾ ਨਾਮ ਕਿਰਨ ਜੋਸ਼ਨ ਭੈਣ ਜੀ ਜਿਹੜਾ ਕਤਲ ਹੋਇਆ ਕੀ ਲੱਗਦੇ ਤੁਹਾਡੇ ਮੇਰੀ ਨੋਸ ਕਿਉਂ ਕਤਲ ਕੀਤਾ ਤੇ ਕਿਹਨੇ ਕੀਤਾ ਕਤਲ ਉਹਦੇ ਭਰਾ ਨੇ ਕੀਤਾ ਅਮਰ ਨੇ ਤੇ ਰੋਹਿਤ ਨੇ ਅੱਛਾ ਮੇਰੇ ਮੁੰਡੇ ਨੂੰ ਵੀ ਮਾਰਨ ਆਏ ਪਿਸਤੌਲ ਲੈ ਕੇ ਇਹਨੂੰ ਮੈਂ ਅੰਦਰ ਵਾੜ ਦਿੱਤਾ ਦਬਦਬ ਬਾਜ਼ਾਰ 'ਚ ਧੋ ਕੇ ਲੈ ਗਏ ਸਾਰੇ ਬਾਜ਼ਾਰ ਚੌਂਕ ਵਿੱਚ ਮਾਰੇ ਇਹਨੂੰ ਕਹਿੰਦੇ ਹੁਣ ਤੇਰਾ ਨੰਬਰ ਲੱਗਣਾ ਹੈ ਕਹਿੰਦੇ ਸ਼ਕਤੀ ਨੇ ਵੀ ਧਮਕੀ ਦਿੱਤੀ ਉਹਨੂੰ 2 ਮਹੀਨੇ ਪਹਿਲਾਂ ਕਹਿੰਦੇ 2 ਮਹੀਨੇ ਤੈਨੂੰ ਮਾਰ ਦੇਣਾ ਜੈਨ ਮਾਡਲ ਸਕੂਲ ਵਿੱਚ ਇਹਨੇ ਧਮਕੀ ਦਿੱਤੀ ਤੁਹਾਡੇ ਬੇਟੇ ਨੇ ਪ੍ਰੇਮ ਵਿਆਹ ਕਰਾਇਆ ਤਾਂ ਮਾਰਿਆ ਇਹਨੂੰ ਹਾਂਜੀ ਕੀ ਮੰਗ ਕਰਦੇ ਹੁੰਦੇ ਤੁਸੀਂ ਇਨਸਾਫ ਚਾਹੁੰਦੇ ਸਾਰੇ ਤੇ ਅਸੀਂ ਤੇ ਉਹਦੀਆਂ ਜਿਹੜੀਆਂ ਜਮੀਨ ਲਾਈਆਂ